संगरूर दी अमनदीप कौर ने किया सारे जिले का नाम रोशन। वीरबाल पुरस्कार दे नाल किया गया सम्मानित। कुछ लोग अपनी सौड़ी सोच करके अज भी कुड़ियां नू कुखां विच मार देंदे ने, पर संगरूर दी अमनदीप कौर ने इस सोच नू बदलन लई मजबूर कर दिता जदों उस नू वीरबाल पुरस्कार दे नाल सन्मानिया गया। ते केड़ी वड्डी बहादरी सदका उस नू इह ऑनर मिलिया, आओ सुणदे आं उस दी जुबानी। ਉਹ ਮਤਲਬ ਅਸੀਂ ਸਕੂਲ ਤੋਂ ਘਰ ਆਉਂਦੇ ਪਏ ਸੀ ਤਾਂ ਅਚਾਨਕ ਹੀ ਮਤਲਬ ਕਾਫੀ ਪੁਰਾਣੀ ਵੈਨ ਸੀਗੀ, ਮਤਲਬ ਅੱਗ ਲੱਗ ਗਈ ਅਤੇ ਉਹ 'ਚ ਸਾਰੇ ਬੱਚੇ ਛੋਟੇ ਸੀਗੇ, ਮੈਂ ਹੀ ਸੀ ਵੱਡੀ। ਅਤੇ ਜਦੋਂ ਅੱਗ ਲੱਗ ਗਈ ਮਤਲਬ ਕਿ ਅਸੀਂ ਟਾਕੀ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਉਹ ਕਾਫੀ ਪੁਰਾਣੀ ਸੀ, ਉਹਦੀਆਂ ਬਾਹਰ ਤੋਂ ਟਾਕੀਆਂ ਖੁੱਲਦੀਆਂ ਸੀਗੀਆਂ ਤਾਂ ਕੋਈ ਵੀ ਟਾਕੀ ਨਹੀਂ ਖੁੱਲ੍ਹੀ। ਫਿਰ ਅੰਦਰ ਹੀ ਕੋਈ ਗੱਡੀ ਦੇ ਵਿੱਚ ਲੋਹੇ ਦੀ ਚੀਜ਼ ਸੀ, ਮੈਂ ਉਹਦੇ ਨਾਲ ਸ਼ੀਸ਼ਾ ਭੰਨਿਆ, ਪਹਿਲਾਂ ਆਪ ਬਾਹਰ ਨਿਕਲੀ, ਫਿਰ ਉਹ 4 ਬੱਚਿਆਂ ਨੂੰ ਕੱਢਿਆ ਅਤੇ ਜਿਹੜੇ ਬਾਕੀ ਬੱਚੇ ਸੀ ਉਹ ਅੱਗ ਬਹੁਤ ਜ਼ਿਆਦਾ ਹੋ ਗਈ ਸੀਗੀ ਤਾਂ ਕਰਕੇ ਮੈਂ ਉਹਨਾਂ ਨੂੰ ਬਚਾ ਨਹੀਂ ਸਕੀ। ਮੈਨੂੰ ਬਹੁਤ ਵਧੀਆ ਲੱਗਿਆ, ਮੈਨੂੰ ਉਹਨਾਂ ਨੇ ਉੱਥੇ ਬੁਲਾਇਆ, ਸਨਮਾਨ ਕੀਤਾ। ਤੇ ਪੂਰੇ ਦੇਸ਼ 'ਚੋਂ ਬੱਚੇ ਆਏ? ਹਾਂਜੀ, ਉੱਥੇ ਮਤਲਬ ਸਾਰਿਆਂ ਨਾਲ ਗੱਲਬਾਤ ਹੋਈ, ਉਹਨਾਂ ਨੇ ਦੱਸਿਆ ਵੀ ਐਵੇਂ ਐਵੇਂ ਹੋਇਆ, ਆਪਣੀ ਘਟਨਾ ਸਾਰਿਆਂ ਨੇ ਦੱਸੀ। ਇੱਕ ਜਲੰਧਰ ਤੋਂ ਸੀ ਕੁੜੀ, ਮਤਲਬ ਉਹਦਾ ਉਹ ਟਿਊਸ਼ਨ ਤੋਂ ਘਰ ਆਉਂਦੀ ਪਈ ਸੀ, ਫੋਨ ਕਰਨ ਲੱਗੀ ਸੀ ਆਪਣੇ ਘਰ, ਅਤੇ ਦੋ ਚੋਰ ਆਏ, ਉਹਨੇ ਉਹਦਾ ਫੋਨ ਫੜ ਲਿਆ, ਅਤੇ ਪਰ ਮਤਲਬ ਉਹ ਪਿੱਛੇ ਉਹਨਾਂ ਦੇ ਗਈ, ਉਹਨਾਂ ਨੇ ਚਾਕੂ ਦਿਖਾਉਣ ਦੀ ਕੋਸ਼ਿਸ਼ ਕੀਤੀ 2-3 ਵਾਰ, ਅਤੇ ਉਹਦਾ ਹੱਥ ਵੀ ਕੱਟਤਾ ਸੀ, ਪਰ ਉਹਨੇ ਹਿੰਮਤ ਨਹੀਂ ਹਾਰੀ, ਫਿਰ ਵੀ ਉਹਨੇ ਆਪਣਾ ਫੋਨ ਲੈ ਲਿਆ ਉਹਨਾਂ ਤੋਂ। ਹੋਰ ਇੱਕ ਰਾਜਸਥਾਨ ਤੋਂ ਕੁੜੀ ਸੀ, ਮਤਲਬ ਏਜ ਛੋਟੀ ਸੀ ਉਹਦੀ ਜ਼ਿਆਦਾ, ਉਹਦੀ ਮਤਲਬ ਮੈਰਿਜ ਕਰਦੇ ਪਏ ਸੀਗੇ ਤਾਂ ਉਹ ਫਿਰ ਪੁਲਿਸ ਗਈ। ਤੇ ਇੱਕ ਉੱਤਰਾਖੰਡ ਤੋਂ ਮੁੰਡਾ ਸੀਗਾ, ਮਤਲਬ ਉਹਨੇ ਰੇਪ ਕਰਨ ਤੋਂ ਬਚਾਇਆ। ਕਹਿੰਦੇ ਨੇ ਹਰੇਕ ਸ਼ਖਸ ਦੇ ਅਕਸ ਪਿੱਛੇ ਉਸਦੇ ਮਾਪਿਆਂ ਦੀ ਕੀਤੀ ਪਰਵਰਿਸ਼ ਬੋਲਦੀ ਹੈ, ਸੋ ਇਸ ਕੁੜੀ ਦੇ ਮਾਪੇ ਇਸ ਬਹਾਦਰ ਸ਼ੇਰਨੀ ਬਾਰੇ ਕੀ ਬੋਲਦੇ ਨੇ, ਆਓ ਸੁਣੀਏ। ਬਹੁਤ ਖੁਸ਼ੀ, ਬਹੁਤ ਜੀ, ਬਹੁਤ ਸਰਕਾਰ ਨੇ ਬਹੁਤ ਵਧੀਆ, ਰਾਸ਼ਟਰਪਤੀ ਨੇ ਮਾਣ ਕਰਿਆ ਜੀ, ਬਹੁਤ ਅਵਾਰਡ ਮਿਲਿਆ, ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੀ, ਬਹੁਤ ਵਧੀਆ। ਆਪਣੇ ਬੱਚੀ ਦੇ ਸੁਖਵਿੰਦਰ ਸਿੰਘ, ਸੁਖਵਿੰਦਰ ਜੀ ਕਿੰਨੇ ਦਿਨ ਉੱਥੇ ਰਹੇ, ਕਿਸ ਤਰ੍ਹਾਂ ਦਾ ਮਾਹੌਲ? ਸਾਡੇ 11 ਦਿਨ ਰਹੇ ਅਸੀਂ, ਅਤੇ ਬਹੁਤ ਵਧੀਆ ਮਾਹੌਲ ਸੀ, ਬਹੁਤ ਵਧੀਆ ਇਨਾਮ ਮਿਲਿਆ ਕੁੜੀ ਨੂੰ, ਅਤੇ ਬੱਚੀ ਬਹੁਤ ਇਹੋ ਜਿਹੇ ਕੰਮ ਸਰਕਾਰਾਂ ਕਰੀਆਂ ਨਾ, ਬੱਚਿਆਂ ਦਾ ਧਿਆਨ ਦੇਣਾ, ਬੱਚਿਆਂ ਦੀ ਸਰਕਾਰ ਸੁਣਦੀ ਨਹੀਂ ਗੀ, ਅਤੇ ਬੱਚਿਆਂ ਦਾ ਮਾਣ ਕਰਨ ਅਤੇ ਬੱਚਿਆਂ ਦੀ ਭਾਲ ਭਾਈ ਕਰਨਾ, ਠੀਕ ਹੈ। ਅਤੇ ਹੋਇਆ ਇਹਨਾਂ ਬੱਚੀ ਨੂੰ 50,000 ਰੁਪਇਆ ਇਨਾਮ ਮਿਲਿਆ, ਤੇ ਇੱਕ ਨੂੰ ਆਪਣਾ ਸਰਟੀਫਿਕੇਟ ਮਿਲਿਆ। ਪੰਜਾਬ ਸਰਕਾਰ ਤੋਂ ਕੀ ਉਮੀਦ ਕਰਦੇ? ਸਰਕਾਰ ਮੇਰੀ ਤੋਂ ਇਹ ਮੰਗ ਕਰਦੇ ਆ, ਇਹਨੂੰ ਨੌਕਰੀ ਮਿਲਣੀ ਚਾਹੀਦੀ ਹੈ, ਤੇ ਘਰ ਚੋਂ ਪਰਿਵਾਰ ਨੂੰ ਹੋਰ ਮਿਲ ਜਾਏ ਕਿਸੇ ਨੂੰ ਨਾਲ। ਸੋ ਪੰਜਾਬ ਦੀ ਧਰਤੀ ਬਹਾਦਰੀ, ਕੁਰਬਾਨੀਆਂ ਅਤੇ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜੀ ਹੋਈ ਹੈ। ਇਸ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਪਹਿਲਾਂ ਤੋਂ ਹੀ ਇਹ ਸਾਰੇ ਤੱਤ ਮੌਜੂਦ ਨੇ, ਬਸ ਉਦੋਂ ਸਾਹਮਣੇ ਆਉਂਦੇ ਨੇ ਜਦੋਂ ਸਮਾਂ ਪੈ ਜਾਵੇ। ਸੰਗਰੂਰ ਤੋਂ ਹਰਕਵਲ ਹੈਪੀ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ।